ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। SD ਕਾਲਜ ਅੰਬਾਲੇ ਦਾ ਕਰਾਊਡ, ਵਾਕਈ ਕਿਆ ਬਾਤਾਂ ਨੇ ਜੀ, ਬਹੁਤ ਟੈਲੈਂਟ ਨੇ, ਬਹੁਤ ਬੱਚੇ ਹਾਜ਼ਰ ਜਵਾਬੀ ਵੀ ਹੈਗੇ ਨੇ, ਗਾਣੇ ਵੀ ਬਹੁਤ ਵਧੀਆ ਗਾਉਂਦੇ ਨੇ, ਅਤੇ ਇਸ ਟਾਈਮ ਬੱਚਿਆਂ ਦਾ ਟੈਲੈਂਟ ਆਪਾਂ ਦੇਖ ਲਿਆ। ਇਸ ਟਾਈਮ ਆਪਾਂ ਹੈਗੇ ਹਾਂ ਜੀ ਕਾਲਜ ਦੇ ਪ੍ਰਿੰਸੀਪਲ ਮੈਮ ਦੇ ਨਾਲ, ਅਤੇ ਬਹੁਤ ਸੋਹਣੀ ਸ਼ੋਲ ਲਈ ਹੋਈ ਹੈ ਮੈਡਮ ਨੇ, ਠੰਡ ਵੀ ਹੋ ਗਈ ਹੈ, ਅਤੇ ਮੈਡਮ ਜੱਚ ਰਹੇ ਨੇ, ਮੈਡਮ ਸੋਹਣੇ ਲੱਗ ਰਹੇ ਨੇ, ਅਤੇ ਆਪਾਂ ਮੈਡਮ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਬੇਟਾ। ਅਤੇ ਮੈਮ ਤੁਸੀਂ ਥੋੜ੍ਹਾ ਕਾਲਜ ਬਾਰੇ ਦੱਸੋ, ਥੋੜ੍ਹਾ ਤੁਹਾਡਾ ਕਿੰਨਾ ਕੁ ਐਕਸਪੀਰੀਅੰਸ ਹੈ, ਬੱਚੇ ਕਿੱਦਾਂ ਦੇ ਨੇ ਕਾਲਜ? ਮੈਨੂੰ 38.5 ਸਾਲ ਹੋਣ ਵਾਲੇ ਨੇ ਇੱਥੇ ਐਜ਼ ਏ ਐਸੋਸੀਏਟ ਪ੍ਰੋਫੈਸਰ ਜੀ, ਔਰ 1.5 ਮਹੀਨੇ ਤੋਂ ਮੈਂ ਇੱਥੇ ਆਫੀਸ਼ੀਏਟ ਕਰ ਰਹੀ ਹਾਂ ਐਜ਼ ਏ ਪ੍ਰਿੰਸੀਪਲ ਜੀ। ਐਜ਼ ਏ ਪ੍ਰਿੰਸੀਪਲ ਵੀ ਬਹੁਤ ਅੱਛਾ ਐਕਸਪੀਰੀਅੰਸ ਹੈ, ਔਰ ਐਜ਼ ਐਨ ਐਸੋਸੀਏਟ ਪ੍ਰੋਫੈਸਰ ਵੀ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ। ਕਾਲਜ ਵਨ ਆਫ ਦਾ ਬੈਸਟ ਇਨ ਆਲ ਓਵਰ ਹਰਿਆਣਾ ਜੀ, ਬਹੁਤ ਜ਼ਿਆਦਾ ਅੱਛਾ ਹੈ ਅਕੈਡੈਮਿਕਲੀ, ਕਲਚਰਲੀ, ਸਾਰੇ ਪ੍ਰੋਗਰਾਮ, ਸਪੋਰਟਸ ਵਿੱਚ ਸਾਡਾ ਕਾਲਜ ਨੰਬਰ 1 ਹੈ ਜੀ। ਐਂਡ ਇਹਨੂੰ ਨੈਕ ਦੀ ਤਰਫੋਂ ਕਾਲਜ ਐਕਸਲੈਂਸ ਫਾਰ ਪੋਟੈਂਸ਼ੀਅਲ ਫਾਰ ਐਕਸਲੈਂਸ ਦਾ ਖਿਤਾਬ ਮਿਲਿਆ ਹੋਇਆ ਹੈ। ਥੈਂਕ ਯੂ ਜੀ ਮੈਮ, ਦੋ ਜੀ ਅਸ਼ੀਰਵਾਦ ਬੱਚੇ ਨੂੰ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਆਪਾਂ ਫਿਰ ਉਸੇ ਮੋਡ 'ਚ ਚੱਲਦੇ ਹਾਂ ਜੀ, ਬੈਕ ਰਿਵਰਸ ਗੇਅਰ ਪਾਈ ਗਾਏ ਗਾਏ, ਹੁਣ ਹਾਸੇ ਠੱਠੇ ਬੁਰੇ ਪੈਣਗੇ। ਕੀ ਹਾਲ ਚਾਲ ਹੈ ਜੀ? ਵਧੀਆ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਅੰਬਾਲਾ ਤੋਂ ਹੀ। ਬੜਾ ਪਫ ਜਿਹਾ ਬਣਾਇਆ ਜੀ ਹੈ ਕਿਆ, ਉਹ ਜੁੜੇ ਵੀ ਹੈਗੇ ਮਗਰ ਬੱਲੇ ਬੱਲੇ। ਬਾਤਾਂ ਵੀ ਬਹੁਤ ਕਿਆ, ਸਮਾਈਲ ਵੀ ਪੂਰੀ। ਕਿਹੜੇ ਸਿੰਗਰ ਪਸੰਦ? ਜੱਸੀ ਗਿੱਲ। ਉਹਦੀ ਚਿੱਟੀ ਲੈਂਸਰ ਵੱਟਦੀ ਜਾਂਦੀ ਸਾਹੇ ਜੀ, ਪੂਰੀ ਖੁਸ਼ ਹੈ ਵੀ ਹਾਏ ਉਹਦੇ ਵਿਚਾਰੇ ਦੇ ਲੈਂਸ, ਉਹਦੇ ਫਾਹੇ ਵੱਡੇ ਗਏ ਇੱਧਰ, ਪੂਰੀ ਖੁਸ਼ੀ। ਅੱਛਾ ਜੀ, ਚਲੋ ਠੀਕ ਹੈ, ਥੈਂਕ ਯੂ, ਵਧੀਆ ਲੱਗਿਆ ਗੱਲਬਾਤ ਕਰਕੇ। ਠਰੇ ਪਏ ਹੋ? ਪੇਪਰ 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 ਅੱਜ? ਨਹੀਂ ਨਹੀਂ, ਕੱਲ ਖਤਮ ਹੋਇਆ। ਅੱਛਾ ਅੱਛਾ, ਅੱਜ ਵੈਸੇ ਹੀ ਆ ਗਏ, ਪਤਾ ਲੱਗਿਆ ਵੀ ਹੈ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਰਵਨੀਤ ਰਵਨੀਤ ਹੋ ਗਈ ਹੈ, ਐਡੀ ਚੜ੍ਹਾਈ ਰੱਬਾ ਕੇ ਮਾਲ ਕਰੀ ਜਾਂਦਾ ਤੂੰ, ਹੈਂ ਕਿਆ ਚਾਲ ਹੈ। ਦੁਬਾਰਾ ਚੱਲ ਕੇ ਆਓ, ਚਾਹ ਲਓ ਦੁਬਾਰਾ। ਕਿੱਦਾਂ? ਵਧੀਆ, ਠੀਕ ਠਾਕ। ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਕੁਰੂਕਸ਼ੇਤਰ ਤੋਂ। ਕੁਰੂਕਸ਼ੇਤਰ ਤੋਂ? ਇੱਥੇ ਕਿੱਦਾਂ ਹੋਸਟਲ ਰਹਿੰਦੇ ਹੋ ਫਿਰ? ਕਿੱਦਾਂ? ਨਹੀਂ ਇੱਥੇ ਪੜ੍ਹਦਾ ਹਾਂ। ਅੱਛਾ, ਅਪ ਡਾਊਨ ਕਰਦਾ? ਅਪ ਡਾਊਨ, ਅਪ ਡਾਊਨ। ਐਂਬੈਰਸਿੰਗ ਮੂਮੈਂਟ ਹੈਗਾ ਕੋਈ 2014 ਦਾ? ਕੋਈ ਬੜਾ ਸ਼ਰਮ ਆਈ ਹੋਵੇ ਬੜੀ ਵੀ, ਯਾਰ ਮੈਂ ਆਹ ਕੰਮ, ਕੀ ਨਾਮ ਕੀ ਹੈ? ਹਿਮਾਂਸ਼ੂ। ਵੀ ਹਿਮਾਂਸ਼ੂ ਯਾਰ ਆਹ ਕੀ ਕਰਤਾ ਯਾਰ, ਹੈ ਕੋਈ? ਹਾਂ ਰਿਜ਼ਲਟ, ਰਿਜ਼ਲਟ ਕੀ ਹੋਈ? ਫਿਰ ਫਿਰ ਤੋਤੇ ਪਕ ਪਕ ਪਕ, ਹਾਂ ਹਾਂ ਉੱਡ ਗਿਆ ਕੰਮ, ਕੋਈ ਚੱਕਰ ਨਹੀਂ ਭਰਾ ਬਾਈ ਤੂੰ ਸਾਡਾ ਫਿਰ ਹੱਥ ਮਿਲਾ। ਇਹ ਤਾਂ ਪਹਿਲਾਂ ਮੈਨੂੰ ਟੋਪਰ ਟਾਪਰ ਜੇ ਮਿਲਦੇ ਰਹੇ, ਆ ਫੇਲ ਵਾਲਾ ਬਾਈ ਤਾਂ ਹੁਣ ਮਿਲਿਆ, ਕਿਆ ਹੀ ਬਾਤਾਂ ਭਰਾਵਾ। ਜੱਫੀ ਪਾ ਵੀਰੇ, ਜੱਫੀ ਪਾ। ਉਹ ਭਰਾਵਾ ਫੇਲਰ ਮਿਲਿਆ ਬੱਲੇ 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 ਬੱਲੇ, ਵਿਛੜੇ ਭਰਾ। ਫੇਲ ਫੂਲ ਤਾਂ ਵਧੀਆ ਚੀਜ਼ ਹੁੰਦੀ ਹੈ ਇਹ, ਪਤਾ ਕੀ, ਜਦੋਂ ਬੰਦਾ ਡਿੱਗਦਾ ਉਦੋਂ ਤੁਰਨਾ ਸਿੱਖਦਾ, ਫੇਲ ਹੋਣਾ ਬਹੁਤ ਜ਼ਰੂਰੀ ਹੈ ਕਿ ਨਹੀਂ? ਸੋ ਕੋਈ ਚੱਕਰ ਨਹੀਂ, ਐਂਬੈਰਸਿੰਗ ਮੂਮੈਂਟ ਨਹੀਂ ਹੁੰਦਾ, ਇਹ ਤਾਂ ਪ੍ਰਾਊਡ ਵਾਲਾ ਫੀਲ ਹੁੰਦਾ ਵੀ ਹਾਂ ਬਾਈ ਯਾਰ 30 ਬੱਚਿਆਂ ਦੀ ਕਲਾਸ ਹੁੰਦੀ ਹੈ ਬਾਈ, ਹਨਾ 3-4 ਫੇਲ ਹੁੰਦੇ ਆ, ਟੌਰ ਵਾਲੀ ਗੱਲ ਹੈ। 26 ਦਾ ਹੋਰ, 26 ਦਾ ਪਾਸ ਹੋ ਗਏ, ਹੈ ਉਹਨਾਂ ਦਾ ਕੀ ਫਾਇਦਾ? ਉਹਦਾ 4 ਜਣੇ ਹੁੰਦੇ ਯਾਰ, ਬਾਕੀ ਖੜੇ ਨੇ ਬਾਈ, ਕਿੱਦਾਂ ਫੇਲ ਫੇਲ ਹੈ ਬਾਈ ਫੇਲ। ਚਲੋ ਠੀਕ ਹੈ, ਛੋੜੋ ਬਾਈ, ਕੋਈ ਚੱਕਰ ਨਹੀਂ, ਮਹਿਫਲਾਂ ਤੁਹਾਡੇ ਨਾਲ ਲੱਗਦੀਆਂ ਰਹਿਣਗੀਆਂ। ਕੱਦ ਤਾਂ ਅੱਗੇ ਸੁੱਖ ਨਾਲ ਵਧੀਆ, ਤੂੰ ਹੀਲ ਪਾ ਲਈ। ਅੱਛਾ, ਜਿਹੜੇ ਰੰਗ ਦੀ ਕੋਟੀ ਉਹ ਰੰਗ ਦੀ ਨੋ ਪਾਲਿਸ਼? ਯੈਸ ਐਗਜ਼ੈਕਟਲੀ, ਐਗਜ਼ੈਕਟਲੀ ਅੰਗਰੇਜ਼ੀ। ਓ ਮਾਈ ਗੋਡ, ਆਹ ਕਿੱਦਾਂ, ਇਹ ਭੂਤ ਭੂਤ ਜਿਹਾ ਟੰਗਿਆ ਹੈ ਕਿ? ਤੇ ਦੋ ਅੱਖਾਂ ਮੈਨੂੰ ਐਂ ਦੇਖ ਰਹੀਆਂ ਹੁੰਦਾ ਵੀ ਹਾਂ, ਮੈਂ ਤਾਂ ਹੀ ਨਹੀਂ ਪਹਿਲਾਂ ਬੁਲਾਇਆ, ਮੈਨੂੰ ਡਰੀ ਡਰੀ ਗਿਆ। ਇਹ ਕਿੱਦਾਂ ਫੈਸ਼ਨ? Yes, fashion. Yes, this is fashion, yeah? Haanji. So, how was your 2014? Was good. Oh, was good. ਅੰਗਰੇਜ਼ੀ ਸ਼ੁਰੂ ਜੱਟ ਦੀ, ਦੇਖੋ ਇੱਕ ਅੱਧਾ ਜ਼ਰੂਰ ਆਪਾਂ ਨੂੰ ਟੱਕਰਦਾ ਹੁੰਦਾ ਜਿਹੜਾ ਕਹਿੰਦਾ ਐਗਜ਼ੈਕਟਲੀ। ਸੋ ਦ ਫਿਊਚਰ ਪਲਾਨਸ ਆਫ 2015, ਯੇ? Yeah. Had planned many things. Okay, many things. Yep. Which? Going for persuading hotel management. ਹੋਟਲ ਨਹੀਂ, ਹੋਟੈਲ, ਹੋਟੈਲ ਕੱਟ ਕੇ ਮੈਂ ਆਪਾਂ ਕਹਿੰਦੇ ਬਈ ਹੋਟਲ ਚੱਲੀਏ, ਇਹ ਕਹਿੰਦੇ ਹੋਟੇਲ ਜਾਣਾ ਹੈ, ਹੋਟੇਲ ਜਾਣਾ ਹੈ। ਅੱਛਾ ਅੱਛਾ, ਪਰਸੂਇੰਗ ਕਿੱਦਾਂ? ਪਰਸੂਇਡਿੰਗ, ਹਾਂਜੀ। ਨਹੀਂ ਕੀ ਕਰਨ ਚੱਲੇ ਮੈਨੂੰ ਸਮਝ ਨਹੀਂ ਆਇਆ, ਹੋਟਲ ਮੈਨੇ ਹੋਟਲ ਮੈਨੇਜਮੈਂਟ ਮੇ ਆਪਣੀ ਕਰੀਅਰ ਬਣਾਉਣਾ ਹੈ ਅੱਗੇ। ਅੱਛਾ, ਇਹ ਸਮਝ ਗਈ ਵੀ ਨਲਾਇਕ ਹੈ, ਇਹਨੂੰ ਹਿੰਦੀ 'ਚ ਬੋਲ ਕੇ। ਠੀਕ ਹੈ ਠੀਕ ਹੈ, ਕਰੀਅਰ ਬਣਾਉਣਾ, ਠੀਕ ਹੈ ਠੀਕ ਹੈ, ਵਧੀਆ ਲੱਗੇ ਗੱਲਬਾਤ ਕਰਕੇ। ਕੀ ਹਾਲ ਚਾਲ ਹੈ ਜੀ? ਬਸ ਮਾਝਾ ਮੂੰਹ ਚੱਪੀ ਜਾਂਦੇ ਹੋ, ਕੀ ਕਹਿਣਾ? 2014 ਕਿੱਦਾਂ ਰਿਹਾ?
ਬਸ ਕੁੱਤੇ ਖਾਣੀ ਹੁੰਦੀ ਰਹੀ ਆ ਕੁੱਤੇ ਖਾਣੀ ਹੁੰਦੀ ਰਹੀ ਆ ਕਿਉਂਕਿ ਮਾਰ ਖਾਦੀ ਕਰਦੇ ਹੋ ਨਾ ਨਾ ਜੀ ਮਾਰ ਮੁਰ ਕਿੱਥੇ ਸਪਲੀਆਂ ਜਾਂਦੀਆਂ ਰਹੀਆਂ ਓਹੋ ਕਿੰਨੀਆਂ ਸਬਜ਼ੀਆਂ ਇਕੱਠੀਆਂ ਹੋ ਗਈਆਂ ਹਾਲੇ ਤਾਂ ਹੁਣ ਹੋਣਗੀਆਂ ਇਕੱਠੀਆਂ ਯਾਰ ਅੱਛਾ ਅੱਛਾ ਹੁਣ ਇਕੱਠੀਆਂ ਹੋਣਗੀਆਂ ਇਕੱਠੀਆਂ ਕਰ ਰਹੇ ਹੋ ਇਕੱਠੀਆਂ ਕਰਦੇ ਗਾੜੀ ਇਕੱਠੇ ਦੇਣੀਆਂ ਗਾੜੀ ਇਕੱਠੀਆਂ ਦੇਣੀਆਂ ਫਿਰ ਗਾਣਾ ਆਉਂਦਾ ਨਾ ਯਾਰ ਕੀ ਆਉਂਦਾ ਬਸ 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 ਮੈਂ ਆ ਗਿਆ ਧਰਤੀ 'ਤੇ ਬਹੁਤ ਆ ਜੇਬਾਂ ਦੇ ਵਿੱਚ ਹੱਥ ਮੁੰਡਾ ਟੀ ਵੀ 'ਤੇ ਕਿੱਦਾਂ ਜੀ ਵਧੀਆ ਜੀ ਕੀ ਨਾਮ ਹੈ ਹਰਜੀਤ ਸਿੰਘ ਹਰਜੀਤ ਸਿੰਘ ਬੜਾ ਰੌਲਾ ਪਾਇਆ ਕਹਿੰਦੇ ਮੰਗਣੀ ਹੋ ਗਈ ਮੁਬਾਰਕਾਂ ਕਿੱਦਾਂ ਭਰਜਾਈ ਕਿੱਧਰ ਦੀ ਫਿਰ ਲਾਲੜੂ ਪਿੰਡ ਦੀ ਕਿੱਦਾਂ ਜਾਊ ਬਰਾਤ ਪੂਰੀ ਫਿਰ ਧਰ ਕੇ ਟਰਾਲੀਆਂ ਭਰ ਭਰ ਕੇ ਜਾਊ ਲਾਲੜੂ ਬਰਾਤ ਟਾਲੀਆਂ ਕੀ ਨਾਂ ਕੀ ਹੈ ਹਰਪ੍ਰੀਤ ਫਿਰ ਭਾਬੀ ਨੂੰ ਕਹਿੰਦਾ ਦੇਖਣਾ ਪ੍ਰੋਗਰਾਮ ਠੀਕ ਹੈ ਖੁਸ਼ ਹੋ ਗਈ ਵੀ ਹਾਏ ਵਿਆਹ ਤੋਂ ਪਹਿਲੇ ਟੀ ਵੀ 'ਤੇ ਸਹੁਰਾ ਪਰਿਵਾਰ ਸਾਰਾ ਖੁਸ਼ ਆਹ ਫਿਰਦਾ ਓਏ ਤੇਰੇ ਵਾਲਾ ਓਏ ਹੈ ਆਪਣੇ ਵਾਲਾ ਆਹ ਫਿਰਦਾ ਉਹ ਜਵਾਈ ਓਏ ਜਵਾਈ ਟੀ ਵੀ 'ਤੇ ਆਇਆ ਬਾਈ ਹੈ ਪਿੰਡ 'ਚ ਗਾਹ ਪੈ ਜਾਊ ਉੱਥੇ ਲਾਲੜੂ ਚਲੋ ਠੀਕ ਹੈ ਮੁਬਾਰਕਾਂ ਹਾਂ ਗਾਣਾ ਗਾਣਾ ਆ ਜਾਓ ਬਾਈ ਉਹ ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ ਪਿੰਡਾਂ ਵਾਲੀ ਹੁੰਦੀ ਏ ਮੰਡੀਰ ਚੱਕਮੀ ਬਹੁਤ ਵਧੀਆ ਲੱਗਿਆ ਜੀ ਹਾਂਜੀ 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 ਕਾਲੀ ਕਾਲੀ ਜੀਨ ਜੀ ਚਿੱਟੇ ਬੂਟ 'ਤੇ ਹੈਂ ਜੀ ਕੀ ਹਾਲ ਚਾਲ ਹੈ ਜੀ ਇਹ ਬੜਾ ਚਿੱਟਾ ਕਾਲਾ ਕਾਲਾ ਫੇਰ ਚਿੱਟਾ ਤੁਸੀਂ ਕਿੰਨੀ ਦੀ ਸੋਚਦੇ ਹੋ ਕਿ ਯਾਰ ਕੱਲ ਤੋਂ ਮੈਨੇ ਉਹ ਯੈਲੋ ਡਾਲਾ ਥਾ ਬਸ ਅਲਮੀਰਾ ਖੋਲਾ ਕੱਪੜੇ ਨਿਕਾਲੇ ਡਾਲੇ ਇਦਾਂ ਨਹੀਂ ਕੁੜੀਆਂ ਸੋਚਦੀਆਂ ਹੁੰਦੀਆਂ ਯਾਰ ਵੈਨਸਡੇ ਕੋ ਤੋਂ ਮੈਨੇ ਯੈਲੋ ਡਾਲਾ ਥਾ ਥਰਸਡੇ ਕੋ ਕੁੜੀਆਂ ਇਦਾਂ ਹੀ ਕਰਦੀਆਂ ਯਾਰ ਸਾਡੇ ਤਾਂ ਉਹੀ ਪਿੰਡ ਦੁਬਾਰਾ ਚੜ ਜਾਂਦੀ ਹੈ ਇਹਨਾਂ ਨੂੰ ਹੁੰਦਾ ਯਾਰ ਅਗਰ ਮੈਨੇ ਆਜ ਵੀ ਇਹ ਡਾਲ ਲਿਆ ਨਾ ਤਾਂ ਅਨੂਜ ਕਹੇਗਾ ਆਜ ਵੀ ਇਹ ਪਿੰਕ ਡਾਲ ਕੇ ਆਈ ਹੈ ਆਈ ਹੇਟ ਪਿੰਕ ਕਲਰ ਅਨੂਜ ਦਿਸ ਅਨੂਜ ਨਹੀਂ ਉਹ ਤਾਂ ਵੈਸੇ ਗੱਲ ਬਣਾਈ ਹੈ ਮੈਨੂੰ ਅੰਗਰੇਜ਼ੀ ਵੀ ਸਮਝ ਆ ਗਈ ਹੈ ਮੈਂ ਜਵਾਬ ਦੇ ਦਾਂ ਨਾਲ ਹੀ ਬਹੁਤ ਸੋਹਣੇ ਲੱਗ ਰਹੇ ਹੋ ਕੰਬੀਨੇਸ਼ਨ ਬਹੁਤ ਸੋਹਣਾ ਬਣਾਇਆ ਲਓ ਜੀ ਗੱਲਾਂ ਪਤਾ ਬਹੁਤ ਹੋ ਗਈਆਂ ਟੈਲੈਂਟ ਬਹੁਤ ਆ ਕਾਲਜ ਵਿੱਚ ਆਪਾਂ ਗਾਣੇ ਵੀ ਸੁਣ ਲਏ ਹਨਾ ਬਿਹਤਰੀਨ ਮਾਹੌਲ ਬਣਿਆ ਹੋਇਆ ਸੀਗਾ ਕੰਟੀਨ ਦੇ ਬਾਹਰ ਦਾ ਗਰਾਊਂਡ ਦੇ ਵਿੱਚ ਐਫਡੀ ਕਾਲਜ ਅੰਬਾਲਾ ਦੇ ਵਿੱਚ ਅਸੀਂ ਫਿਰਦੇ ਹਾਂ ਮੈਂ ਤੁਹਾਨੂੰ ਫਿਰ ਦੱਸਦਾ ਅਤੇ ਮੈਨੂੰ ਪਤਾ ਲੱਗਿਆ ਵੀ ਇੱਥੇ ਤੱਕ ਡਾਂਸ ਗਰੁੱਪ ਹੈ ਬਹੁਤ ਲਾਜਵਾਬ ਡਾਂਸ ਕਰਦੇ ਨੇ ਉਹ ਬਹੁਤ ਹਨਾ ਹਰਫਨ ਮੌਲਾ ਕਲਾਕਾਰ ਹੈਗੇ ਨੇ ਇੱਥੋਂ ਦੇ ਬਹੁਤ ਵਧੀਆ ਡਾਂਸ ਕਰਦੇ ਨੇ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਡਾਂਸ ਵੀ ਦੇਖੀਏ ਨਾਲੇ ਤੁਹਾਨੂੰ ਵੀ ਦਿਖਾਈਏ ਸੋ ਡਾਂਸ ਗਰੁੱਪ ਕਿਹੜਾ ਤਿਆਰ ਹੋ ਜੀ ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮੱਚ